ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਜਨਵਰੀ ਇਨਟੇਕ ਦੇ ਲਈ ਸਟੂਡੈਂਟਸ ਤਿਆਰੀ ਕਰ ਰਹੇ ਨੇ ਔਰ ਤਿਆਰੀ ਕਰਨੀ ਵੀ ਹੋਣੀ ਚਾਹੀਦੀ ਹੈ ਕਿਉਂਕਿ ਲਗਾਤਾਰ ਸੀਟਸ ਫੁੱਲ ਹੋ ਰਹੀਆਂ। ਅਸੀਂ ਲਗਾਤਾਰ ਆਪਣੀ ਵੀਡੀਓਜ਼ ਦੇ ਜ਼ਰੀਏ ਸਟੂਡੈਂਟਸ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਅਤੇ ਨਾਲ ਦੀ ਨਾਲ ਅੱਜ ਦੀ ਵੀਡੀਓ ਵਿੱਚ ਅਸੀਂ ਅਜੇ ਗੱਲ ਕਰਾਂਗੇ ਜ਼ਰੂਰ ਕਿ ਕਿਹੜੇ ਕੋਰਸਿਸ ਵਾਲੇ ਤਾਂ ਬਿਲਕੁਲ ਵੀ ਡਿਲੇ ਨਾ ਕਰਨ, ਅੱਜ ਦੇ ਅੱਜ ਹੀ ਜੋ ਹੈ ਅਪਲਾਈ ਕਰਨ ਬਾਰੇ ਸੋਚ ਲੈਣ ਕਿ ਅੱਗੇ ਅਪਲਾਈ ਕਰਨ ਬਾਰੇ ਪ੍ਰੋਸੈਸ ਸ਼ੁਰੂ ਕਰ ਲੈਣਾ ਚਾਹੀਦਾ ਉਹਨਾਂ ਨੂੰ। ਕਿਹੜੇ ਕਿਹੜੇ ਕੋਰਸਿਸ ਨੂੰ ਲੈ ਕੇ ਦੇਖੀਏ ਤਾਂ ਸੀਟਸ ਫੁੱਲ ਹੁੰਦੀਆਂ ਜਾ ਰਹੀਆਂ ਨੇ, ਡਿਟੇਲ ਵਿੱਚ ਸਟੂਡੈਂਟਸ ਨੂੰ ਸਮਝਾਵਾਂਗੇ ਅੱਜ ਦੀ ਵੀਡੀਓ ਜ਼ਰੀਏ ਕਿ ਦੇਰੀ ਨਾ ਕਰੋ, ਕਿਹੜੇ ਕੋਰਸਿਸ ਲਈ ਸੀਟਸ ਹਲੇ ਅਵੇਲੇਬਲ ਨੇ ਔਰ ਤੁਸੀਂ ਹਲੇ ਵੀ ਜੋ ਹੈ ਸੀਟ ਹਾਸਿਲ ਕਰ ਸਕੋਗੇ। ਔਰ ਅਸੀਂ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਾ ਰਸ਼ ਜੋ ਹੈ ਜਨਵਰੀ ਇਨਟੇਕ ਦੇ ਲਈ ਵੱਧ ਚੁੱਕਿਆ। ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ ਔਰ ਇਹ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਨੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ, ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰਦੇ ਹਾਂ, ਨਾਲ ਜਨਵਰੀ ਇਨਟੇਕ ਦੀ ਗੱਲ ਕਰੀਏ। ਫਾਈਲਸ ਬਹੁਤ ਜ਼ਿਆਦਾ ਲੱਗ ਰਹੀਆਂ ਨੇ, ਇਸਦਾ ਕਾਰਨ ਕੀ ਮੰਨਿਆ ਜਾਵੇ? ਆਖਿਰ ਕਿਉਂ ਰਸ਼ ਇੱਕਦਮ ਬਹੁਤ ਜ਼ਿਆਦਾ ਵਧਿਆ? ਕਿਹੜੇ ਕਿਹੜੇ ਕੋਰਸਿਸ ਲਈ ਹਲੇ ਵੀ ਸੀਟਸ ਅਵੇਲੇਬਲ ਨੇ ਔਰ ਸਟੂਡੈਂਟਸ ਦੇਰੀ ਨਾ ਕਰਨ, ਇਸ ਉੱਪਰ ਕੀ ਕਹਿਣਾ ਚਾਹੋਗੇ? ਹਰਜੋ ਦੇਖੋ, ਆਸਟ੍ਰੇਲੀਆ ਜਿਹੜਾ ਸਟੂਡੈਂਟਸ ਦਾ ਸਪੈਸ਼ਲੀ ਜਿਹੜਾ ਨੌਰਥ ਸਾਈਡ ਬੜਾ ਲੁਭਾਵਨਾ ਕੰਟਰੀ ਰਿਹਾ, ਬਿਕੋਜ਼ ਉੱਥੇ ਸਟੂਡੈਂਟਸ ਦੀ ਸੈਟਲਮੈਂਟ ਅੱਛੀ ਹੋਈ ਹੈ ਐਂਡ ਪੜ੍ਹਾਈ ਅੱਛੀ, ਮਤਲਬ ਕੋਰਸਿਸ ਬਹੁਤ ਅੱਛੇ ਹੈ, ਪ੍ਰੈਕਟੀਕਲ ਟ੍ਰੇਨਿੰਗ ਬਹੁਤ ਅੱਛੀ ਹੈ ਬੱਚਿਆਂ ਦੀ। ਅਤੇ ਫਸਟ ਨੰਬਰ ਦੇ ਹੋਣ ਕਰਕੇ ਕੀ ਹੋਇਆ ਕਿ ਜਿਹੜੇ ਬੱਚੇ ਇਲੀਜੀਬਲ ਨਹੀਂ ਸੀ ਉਹ ਵੀ ਅਪਲਾਈ ਕਰ ਰਹੇ ਸੀਗੇ, ਬਟ ਹੁਣ ਫਿਲਟਰ ਲੱਗ ਗਏ ਹੈ। ਐਂਡ ਤੁਹਾਡਾ ਜਿਹੜਾ ਕੁਸ਼ਚਨ ਹੈ ਕਿ ਕਿਹੜੇ ਕਿਹੜੇ ਕੋਰਸਿਸ ਵਾਸਤੇ ਅਪਲਾਈ ਕਰਨ, ਅਪਲਾਈ ਜਿਹੜਾ ਸਟੂਡੈਂਟ ਚਾਹੇ ਬਿਜ਼ਨਸ 'ਚ ਕਰੇ, ਇੰਜੀਨੀਅਰਿੰਗ 'ਚ ਕਰੇ, ਆਈ ਟੀ ਵਿੱਚ ਕਰੇ ਜਾਂ ਮੈਡੀਕਲ ਦੇ ਕੋਰਸਿਸ ਦੇ ਵਿੱਚ ਕਰੇ, ਬੈਚੁਲਰ ਇਨ ਹੈਲਥ ਸਾਇੰਸ, ਨਰਸਿੰਗ, ਸਾਈਕਾਲੋਜੀ। ਲੇਕਿਨ ਸੀਟ ਜਿੱਦਾਂ ਤੁਸੀਂ ਕਿਹਾ ਕਿ ਬਹੁਤ ਸਾਰੀ ਯੂਨੀਵਰਸਿਟੀਆਂ ਨੇ ਕਹਿਤਾ ਕਿ ਅਸੀਂ 2025 ਵਿੱਚ ਅਸੀਂ ਪੂਰੇ ਫੁੱਲ ਹਾਂ, ਮਤਲਬ ਇੱਕ ਸਾਲ ਉਹਨਾਂ ਨੇ ਹੁਣ ਕੋਈ ਐਡਮਿਸ਼ਨ ਨਹੀਂ ਦੇਣੀ। ਹੁਣ ਕੱਲ੍ਹ ਤੁਹਾਡੇ ਪ੍ਰੋਗਰਾਮ ਦੇ ਰਾਹੀਂ ਔਨਲਾਈਨ ਬੱਚਾ ਬੈਠਾ ਸੀ, 3 ਦਿਨ 'ਚ ACU ਦੀ ਆਫਰ ਲੈਟਰ ਆ ਗਏ ਸੀ, ਰਾਈਟ? ਹੁਣ ਇਹ ਬੱਚੇ ਜਿਹੜੇ ਹੈ ਜਿਨ੍ਹਾਂ ਨੇ ਹੁਣ ਇਨਟੇਕ ਬੰਦ ਹੋ ਗਏ ਹੈ, ਔਰ ਬੱਚੇ ਜਦ ਵੇਟ ਕਰਨਗੇ ਤਾਂ ਨੈਕਸਟ ਜਿਹੜਾ ਹੁਣ ਫੈਬ ਇਨਟੇਕ ਹੈ ਉਹ ਬੱਚਿਆਂ ਨੂੰ ਨਹੀਂ ਮਿਲੇਗਾ। ਇਸ ਕਰਕੇ ਸਟੂਡੈਂਟਸ ਵੇਟ ਨਾ ਕਰਨ, ਫਾਈਲ ਲਗਾਉਣੀ 3 ਮੰਥਸ ਪਹਿਲੇ ਕੰਪਲਸਰੀ ਹੋ ਗਈ ਹੈ, 2 to 3 ਮੰਥਸ ਪਹਿਲੇ ਬੱਚੇ ਨੇ ਫਾਈਲ ਕੰਪਲਸਰੀ ਲਗਾਉਣੀ ਹੈ ਜੇ ਵੀਜ਼ਾ ਰਿਜੈਕਸ਼ਨ ਤੋਂ ਬਚਣਾ। ਹਾਂ, ਡਾਕੂਮੈਂਟਸ ਜ਼ਰੂਰ ਚਾਹੀਦੇ ਆ, ਉਹਨਾਂ ਦੇ ਕੋਲ ਸਾਰੇ ਪ੍ਰੋਪਰ ਆਪਦੇ ਡਾਕੂਮੈਂਟਸ ਹੋਣੇ ਚਾਹੀਦੇ ਆ। ਯੂਨੀਵਰਸਿਟੀਆਂ ਬਹੁਤ ਸਟ੍ਰਿਕਟ ਹੋ ਗਈ ਹੈ ਬਿਕੋਜ਼ ਆਫ ਕੈਪਿੰਗ, ਜਦਕਿ ਅਜੇ ਇੰਪਲੀਮੈਂਟ ਨਹੀਂ ਹੋਈ ਹੈ, ਲੇਕਿਨ 95% ਅਜੇ ਇਹ ਹੈ ਕਿ ਇੰਪਲੀਮੈਂਟ ਹੋਣੀ ਹੋਣੀ ਹੈ। ਹੁਣ ਜਿਹੜੇ ਕੋਰਸਿਸ ਅੱਛੇ ਹੈ, ਜਿੱਦਾਂ ਇੰਜੀਨੀਅਰਿੰਗ ਦੇ ਵਿੱਚ ਤੁਸੀਂ ਦੇਖੋ, IT ਦੇ ਕੋਰਸਿਸ, ਇੰਜੀਨੀਅਰਿੰਗ ਦੇ ਕੋਰਸਿਸ, ਇੰਜੀਨੀਅਰਿੰਗ 'ਚ ਰੋਬੋਟਿਕਸ ਹੋ ਗਿਆ, ਮਕੈਨੀਕਲ ਹੋ ਗਿਆ, ਸਿਵਿਲ ਇੰਜੀਨੀਅਰਿੰਗ, ਆਰਕੀਟੈਕਚਰ, ਇਹ ਕੋਰਸਿਸ ਤਾਂ ਹਮੇਸ਼ਾ ਸਦਾ ਬਾਹਰ ਹੈ। ਹੁਣ IT ਦੇ ਵਿੱਚ ਦੇਖੋ ਤੁਸੀਂ, ਡੇਟਾ ਐਨਾਲਿਟਿਕ ਹੋ ਗਿਆ, ਆਰਟੀਫਿਸ਼ਲ ਇੰਟੈਲੀਜੈਂਸ ਹੋ ਗਿਆ, ਸਾਈਬਰ ਸਿਕਿਉਰਿਟੀ ਹੋ ਗਿਆ, ਕਲਾਊਡ ਕੰਪਿਊਟਿੰਗ ਹੋ ਗਿਆ। ਹੁਣ IT 'ਚ ਵੀ ਬਹੁਤ ਜ਼ਿਆਦਾ ਕੰਬੀਨੇਸ਼ਨ ਵੀ ਹੈ, ਆਰਟੀਫਿਸ਼ਲ ਇੰਟੈਲੀਜੈਂਸ ਦੇ ਨਾਲ ਤੁਸੀਂ ਕਲਾਊਡ ਲੈ ਸਕਦੇ ਹੋ, ਠੀਕ ਹੈ, ਇੱਦਾਂ ਹੀ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਸਾਈਬਰ ਸਿਕਿਉਰਿਟੀ ਲੈ ਸਕਦੇ, ਕੰਬੀਨੇਸ਼ਨ ਵੀ ਕਰ ਸਕਦੇ ਹੋ ਤੁਸੀਂ। ਇੱਦਾਂ ਦੇ ਜਿਹੜੇ ਕੋਰਸਿਸ ਹੈ ਉਹਨਾਂ ਦੇ ਵਿੱਚ ਜਿਹੜਾ ਵੀਜ਼ਾ ਕਦੀ ਖਰਾਬ ਨਹੀਂ ਹੋ ਸਕਦਾ, ਕਿਉਂਕਿ ਕੋਰਸ ਬਹੁਤ ਲੁਭਾਵਨਾ ਹੈ,
ਜਿਹਦੀ ਆਸਟ੍ਰੇਲੀਆ ਨੂੰ ਵੀ ਲੋੜ ਹੈ, ਇੰਡੀਆ ਨੂੰ ਵੀ ਲੋੜ ਹੈ ਇਹੋ ਜਿਹੇ ਬੱਚੇ ਦੀ, ਜਦ ਕੋਰਸ ਕੰਪਲੀਟ ਕਰ ਲੈਂਦੇ ਹੈ, ਕਿਉਂਕਿ ਰਿਟਰਨ ਔਨ ਇਨਵੈਸਟਮੈਂਟ ਜਿਹੜਾ GT ਦੇ ਕੁਐਸਚਨ 'ਚ ਪੁੱਛਿਆ ਜਾਂਦਾ ਹੈ, ਉਹਦੇ ਵਿੱਚ ਦੇਖੋ ਜਿਹੜਾ ਪੈਸਾ ਬੱਚਾ ਲਗਾ ਰਿਹਾ ਉਸ ਤੋਂ ਬਹੁਤ ਜ਼ਿਆਦਾ ਇਹਨੂੰ ਵਾਪਸ ਮਿਲ ਰਿਹਾ ਜੋਬ ਕਰਕੇ, ਅਤੇ ਉਹ ਰਿਟਰਨ ਔਨ ਇਨਵੈਸਟਮੈਂਟ ਇਹੋ ਜਿਹੇ ਕੋਰਸ 'ਤੇ ਅੰਬੈਸੀ ਨਹੀਂ ਪੁੱਛਦੀ, ਉਹਨਾਂ ਨੂੰ ਪਤਾ ਕਿ ਇਹ ਕੋਰਸ ਆਪਣੇ ਆਪ 'ਚ ਹੀ ਬਹੁਤ ਅੱਛਾ। ਹਾਂ, ਨਰਸਿੰਗ ਦੀ ਸੀਟਾਂ ਆਲਮੋਸਟ ਸਾਰੀ ਯੂਨੀਵਰਸਿਟੀਆਂ 'ਚ ਖਤਮ ਹੋ ਗਈ, ਜੁਲਾਈ ਦੇ ਵਾਸਤੇ ਕੁਛ ਯੂਨੀਵਰਸਿਟੀਆਂ 'ਚ ਹੈ, ਜਿਹੜੇ ਸਟੂਡੈਂਟ ਅਪਲਾਈ ਕਰਨਾ ਚਾਹੁੰਦੇ ਉਹ ਬਿਲਕੁਲ ਹੁਣੇ ਅਪਲਾਈ ਕਰ ਲੈਣ, ਨਹੀਂ ਤਾਂ ਉਹ ਜੁਲਾਈ ਵਾਲੇ ਵੀ ਨਹੀਂ ਮਿਲੇਗੀ ਇਹਨਾਂ ਨੂੰ। ਇਹ ਬਹੁਤ ਜ਼ਰੂਰੀ ਹੈ ਟਾਈਮ ਸਿਰ ਐਪਲੀਕੇਸ਼ਨ ਲਗਾਉਣਾ, ਜੇ ਐਪਲੀਕੇਸ਼ਨ ਟਾਈਮ ਸਿਰ ਨਹੀਂ ਲਗਾਈ ਤੁਹਾਡਾ GT ਟਾਈਮ ਸਿਰ ਨਹੀਂ ਹੋਏਗਾ, ਤੁਹਾਡੀ ਆਫਰ ਲੈਟਰ ਟਾਈਮ ਸਿਰ ਨਹੀਂ ਆਏਗੀ, ਐਂਡ ਫਿਰ ਤੁਹਾਡਾ ਸਾਰਾ ਡਿਲੇ ਹੋਏਗਾ, ਫਿਰ ਵੀਜ਼ਾ ਰਿਜੈਕਸ਼ਨ ਦਾ ਕੇਸ ਫਸ ਜਾਂਦਾ। ਕਿਉਂਕਿ ਜਿਹੜੀ ਲਿਮਿਟਿਡ ਸੀਟਾਂ ਹਰ ਯੂਨੀਵਰਸਿਟੀ ਦੇ ਕੋਲ, ਕਿਸੇ ਕੋਲ 10,000 ਹੈ, ਕਿਸੇ ਕੋਲ 2,500 ਹੈ, ਕਿਸੇ ਕੋਲ 1,000 ਹੈ, ਉਹ ਆਪਣਾ ਜਿਹੜਾ COE ਖਰਾਬ ਨਹੀਂ ਕਰਨਗੇ, ਤੁਹਾਨੂੰ ਬਹੁਤ ਆਰਾਮ ਨਾਲ ਸਿਲੈਕਟ ਕਰਨਗੇ, ਔਰ ਫਸਟ ਕਮ ਫਸਟ ਸਰਵ ਹੈ ਉਹਨਾਂ ਦਾ। ਜਿਹੜੇ ਬੱਚੇ ਨੇ ਪਹਿਲੇ ਅਪਲਾਈ ਕਰ ਲਿਆ ਉਹਨੂੰ ਮਿਲ ਜਾਏਗੀ, ਜਿਹੜੇ ਬੱਚੇ ਬਾਅਦ 'ਚ ਅਪਲਾਈ ਕਰਨਗੇ ਹੋ ਸਕਦਾ ਉਹਨਾਂ ਦੀ ਸੀਟਾਂ ਖਤਮ ਹੋ ਜਾਣ। ਹੁਣ ਇੱਕ ਯੂਨੀਵਰਸਿਟੀ ਮੇਰੇ ਆਫਿਸ 'ਚ ਬੈਠੀ ਸੀ, ਉਹ ਕਹਿੰਦੇ ਕਿ ਜਿਹੜਾ ਬੱਚਾ ਪਹਿਲੇ ਅਪਲਾਈ ਕਰੇਗਾ, ਸਾਡੀ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕਿ ਬੱਚਾ ਇਸ ਸਟੇਟ ਤੋਂ ਇਸ ਤੋਂ ਨਹੀਂ ਹੈ, ਜਿਹੜੇ ਬੱਚੇ ਨੇ ਪਹਿਲੇ ਅਪਲਾਈ ਕੀਤਾ ਅਸੀਂ ਉਹਨੂੰ ਦੇ ਦਾਂਗੇ। ਜੀ 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 ਬਿਲਕੁਲ, ਦੇਖੋ ਸਟੂਡੈਂਟਸ ਨੂੰ ਇੱਥੇ ਜ਼ਰੂਰ ਸਮਝਣਾ ਚਾਹੀਦਾ ਇਸ ਦੇ ਲਈ ਕਿ ਤੁਸੀਂ ਅਗਰ ਟਾਈਮਲੀ ਅਪਲਾਈ ਕਰੋਗੇ ਤਾਂ ਹੀ ਤੁਹਾਨੂੰ ਜੋ ਹੈ ਸੀਟਸ ਮਿਲ ਸਕਣਗੀਆਂ ਅੱਗੋਂ, ਔਰ ਇਹਨਾਂ ਗੱਲਾਂ ਦੇ ਉੱਪਰ ਗੌਰ ਕਰਦੇ ਹੋਏ ਹੀ ਅੱਗੇ ਵਧੋ। ਤੁਹਾਨੂੰ ਕਿਤੇ ਹੋਰ ਗਾਈਡੈਂਸ ਦੀ ਜ਼ਰੂਰਤ ਹੋਵੇ ਤਾਂ ਜ਼ਰੂਰ ਜਿਹੜਾ ਨੰਬਰ ਲਗਾਤਾਰ ਡਿਸਪਲੇ ਹੈ ਇਸ ਉੱਪਰ ਕਾਲ ਕਰੋ, ਪੂਰੀ ਇਨਫੋਰਮੇਸ਼ਨ ਲਓ ਤਾਂ ਕਿ ਕਿਤੇ ਵੀ ਤੁਹਾਨੂੰ ਕੋਈ ਕਨਫਿਊਜ਼ਨ ਨਾ ਰਹੇ। ਨੈਵੀਗੇਟਰਸ ਓਵਰਸੀਜ਼ ਦੇ ਆਫਿਸ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ, ਆਪਣੇ ਡਾਕੂਮੈਂਟਸ ਨਾਲ ਲੈ ਕੇ ਜ਼ਰੂਰ ਆਓ ਤਾਂ ਕਿ ਚੰਗੀ ਤਰ੍ਹਾਂ ਨਾਲ ਅਸੈਸਮੈਂਟ ਕਰਕੇ ਤੁਹਾਨੂੰ ਦੱਸਿਆ ਜਾਵੇ ਕਿਹੜੀ ਆਪਸ਼ਨ ਜਾਂ ਕਿੱਥੇ ਤੁਸੀਂ ਅਪਲਾਈ ਕਰੋ ਜਿੱਥੇ ਤੁਹਾਡੇ ਵੀਜ਼ਾ ਲੱਗਣ ਦੇ ਚਾਂਸਿਸ ਵੱਧ ਜਾਣਗੇ। ਤਾਂ ਉਮੀਦ ਕਰਦੇ ਹਾਂ ਇਸ ਇਨਫੋਰਮੇਸ਼ਨ ਦੇ ਅਕੋਰਡਿੰਗਲੀ ਹੀ ਤੁਸੀਂ ਸਹੀ ਡਿਸੀਜ਼ਨ ਲੈ ਸਕੋ। ਅਤੇ ਮੈਮ ਤੁਹਾਡਾ ਬਹੁਤ ਬਹੁਤ ਥੈਂਕਸ, ਤੁਸੀਂ ਹਰ ਵਾਰ ਦੀ ਤਰ੍ਹਾਂ ਅੱਜ ਵੀ ਸਟੂਡੈਂਟਸ ਨੂੰ ਗਾਈਡ ਕੀਤਾ ਬਹੁਤ ਚੰਗੇ ਢੰਗ ਦੇ ਨਾਲ, ਜਨਵਰੀ ਇਨਟੇਕ ਨੂੰ ਲੈ ਕੇ ਸਟੂਡੈਂਟਸ ਨੂੰ ਤੁਸੀਂ ਗਾਈਡ ਕੀਤਾ ਕਿ ਦੇਰੀ ਨਾ ਕਰਨ, ਸਹੀ ਢੰਗ ਦੇ ਨਾਲ ਅਪਲਾਈ ਕਰਦੇ ਹੋਏ ਅੱਗੇ ਵਧਣ। ਅੱਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਲਈ ਦਿਓ ਜੀ ਇਜਾਜ਼ਤ, ਥੈਂਕ ਯੂ ਸੋ ਮਚ। ਥੈਂਕ ਯੂ।